ਸਤਿ ਸ਼੍ਰੀ ਅਕਾਲ ਭਾਈ ਜੀ, ਵੈਲਕਮ ਆ ਅੱਜ ਦੇ ਵਲੋਗ 'ਚ। ਲਓ ਜੀ, ਅੱਜ ਆਲੂ ਪੱਟਣ ਲੱਗੇ ਜੀ ਪੁਖਰਾਜ, ਮੀਂਹ ਤੋਂ ਬਾਅਦ ਆਲੂ ਤੁਸੀਂ ਦੇਖ ਲਓ ਸਾਈਜ਼ ਸੂਈਜ਼, ਮਿੱਟੀ ਥੋੜ੍ਹੀ ਜਿਹੀ ਜ਼ਿਆਦਾ ਆਉਂਦੀ ਹੈ ਵਿੱਚ। ਇਹਨੂੰ ਪਹਿਲਾਂ ਢੇਰੀਆਂ ਲਾ ਲਾਂਗੇ, ਫਿਰ ਬਾਅਦ 'ਚ ਹਵਾ ਲੱਗੇ ਤਾਂ ਚੱਕਾਂਗੇ ਆਲੂਆਂ ਨੂੰ। ਫਿਰ ਆਲੂ ਵੈਸੇ ਵਧੀਆ ਲੱਗ ਰਿਹਾ, ਝਾੜ ਝੂੜ ਠੀਕ ਹੈ ਆਜੂ ਇਹਦਾ, ਕਿਉਂਕਿ ਇਸ 'ਤੇ ਬਲਾਈਟ ਨੇ ਥੋੜ੍ਹਾ ਜਿਹਾ ਘੱਟ ਹੀ ਅਸਰ ਕਰਿਆ। ਬਾਕੀ ਇੱਧਰ ਆ ਮੋਹਣ ਖੜ੍ਹਾ, ਬਾਕੀ ਇੱਧਰ ਆ ਪੁਖਰਾਜ ਆ, ਅਤੇ ਇਹਨਾਂ ਨੂੰ ਬਾਅਦ 'ਚ ਦੇਖਦੇ ਹਾਂ, ਦੋ ਚਾਰ ਦਿਨ ਹੋਰ ਧੁੱਪ ਲੱਗ ਜਾਣ ਤੋਂ ਵੀ ਪਰ ਅੱਜ ਕੰਮ ਸ਼ੁਰੂ ਕਰਤਾ, ਲੇਬਰ ਆ ਗਈ। ਚਲੋ ਦੇਖਦੇ ਹਾਂ ਜੀ ਬਾਕੀ ਕੰਮ। ਫਿਰ ਲਓ ਜੀ, ਸਾਈਡਾਂ ਵਾਲਾ ਚੱਕਣ ਲੱਗੇ ਹੋਏ ਆ ਆਲੂ, ਇੱਧਰ ਕੱਢਤੇ ਸਾਈਡ 'ਤੇ, ਅਤੇ ਬਾਕੀ ਆਹ ਇੱਧਰ ਢੇਰ ਲਾਉਣਾ ਸਾਈਡ 'ਤੇ, ਆ ਚੱਕਣੇ ਆ ਜੇ। ਫਿਰ ਆਪਾਂ ਲੰਬੇ ਸਾਈਡ ਮਾਰ ਦੇਣੇ, ਜਦ ਤੱਕ ਇੱਕ ਆਹ ਸਾਈਡ ਰਹਿ ਗਿਆ ਵਿਚਾਲੇ ਵਾਲਾ, ਜਿਹੜੇ ਲਾਉਂਦੇ ਆਲੂ ਨੂੰ ਪਤਾ ਹੀ ਆ, ਪਹਿਲਾਂ ਸਾਈਡਾਂ 'ਲੇ ਮਾਰ ਕੇ ਫਿਰ ਸੈਂਟਰ ਵਾਲਾ ਮਾਰ ਲੈਂਦੇ ਆ ਸਾਈਡ। ਆਲੂ ਬੋਰੀ 'ਚ ਤਾਂ ਨਹੀਂ ਪਾਏ, ਥੋੜ੍ਹੇ ਜਿਹੇ ਹਰਾ, ਪਰ ਕੋਈ ਕੋਈ ਇੱਕ ਥੋੜ੍ਹੇ ਜਿਹੇ ਤਾਂ ਬੀਜ ਵੀ ਛੰਟਣਾ ਆਪਾਂ ਨੇ, ਮੋਟਾ ਵੇਚ ਆਉਣਾ, ਅਤੇ ਬਰੀਜ ਬੀਜ ਆਪਾਂ ਰੱਖ ਲੈਣਾ, ਅਤੇ ਨਾਲੇ ਥੋੜ੍ਹੀ ਜਿਹੀ ਮਿੱਟੀ ਝੜ ਜੂਗੀ ਆਲੂ ਦੀ। ਅੱਧੇ ਕੁ ਵੱਜ ਗਏ, ਥੋੜ੍ਹੇ ਜਿਹੇ ਰਹਿ ਗਏ ਹੋਰ ਕਰਕੇ, ਵਾ ਫਿਰ ਬੋਰੀਆਂ ਛਾਟੀ ਕਰਕੇ ਭਰ ਲੈਣੀ ਆਪਾਂ ਨੇ। ਹਵਾ ਚੱਲਦੀ ਠੰਡੀ, ਇੱਧਰ ਵੱਜ ਗਈ ਮਸ਼ੀਨ, ਦੋ ਸਿਆੜ ਛੱਡ ਲਏ ਆਪਾਂ ਨੇ, ਦੂਜੇ ਬੀਜਦੇ ਹਾਂ, ਅਤੇ ਬਾਕੀ ਹੁਣ ਢੇਰੀਆਂ ਲੱਗ ਗਈਆਂ, ਹੁਣ ਇਹਦੇ ਬਾਅਦ ਬੋਰੀਆਂ ਭਰਨੀਆਂ। ਫਿਰ ਬਾਕੀ ਜੇ ਟਾਈਮ ਬਚਿਆ ਫਿਰ ਗਾਂਹ ਪੱਟਾਂਗੇ, ਨਹੀਂ ਫਿਰ ਕੱਲ੍ਹ ਸਵੇਰੇ ਇੱਧਰ ਪੱਟਾਂਗੇ। ਹੁਣ ਹਵਾ ਬਹੁਤ ਚੱਲ ਰਹੀ ਠੰਡੀ। ਲਓ ਜੀ ਵੀਰ, 125 ਕੱਠਾ ਲੋਡ ਕਰ ਲਿਆ, ਬਾਕੀ ਜੇ ਆਲੂ ਥੱਲੇ ਪਏ ਆ, ਲੇਬਰ ਨੇ ਕਰ ਲਈ ਛੁੱਟੀ, ਇਹ ਫਿਰ ਕਰਾਂਗੇ ਲੋਡ ਹੁਣ। ਬਾਕੀ ਮਹਾਰਾਜ ਦੀ ਕਿਰਪਾ ਰਹੀ, ਠੀਕ ਹੀ ਹੋ ਗਿਆ ਮਾਲ। ਚਲੋ ਹੁਣ ਫਿਰ ਮੰਡੀ ਜਾਂਦੇ ਹਾਂ, ਪਹਿਲਾਂ ਘਰ ਜਾਂਦੇ ਹਾਂ, ਕੱਪੜਾ ਲੀੜਾ ਲੈ ਕੇ ਫਿਰ ਜਾਂਦੇ ਹਾਂ ਮੰਡੀ। ਯੂਵੀ ਆਇਆ ਹੋਇਆ, ਦੂਆ ਟਰੈਕਟਰ ਘਰ ਲੈ ਜੂਗਾ, ਖੜਾ ਦੂਗਾ, ਇਹ ਦਲਜੀਤ ਬਾਈ ਵਾਲਾ ਟਰੈਕਟਰ ਆ। ਚਲੋ ਜੀ।